ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੋ ਬਾਈ, ਪੰਮੇ ਦੇ ਅੱਜ ਦਰਸ਼ਨ ਹੋਏ ਆ ਕਈ ਦਿਨਾਂ ਬਾਅਦ। ਪੰਮੇ ਕੋਲ ਭਰੀ ਖੜੀ ਹੈ, ਦਿੱਲੀ ਨੇ ਵੀ ਜਾਣਾ ਸਵੇਰ ਨੂੰ। ਮੈਂ ਕਹਿੰਦਾ ਜਾਣਾ ਦਿੱਲੀ, ਫਿਰ ਜਾਣਾ, ਕਿਹੜਾ ਟਾਈਮ ਜਾ ਕੇ ਫਾਇਦਾ ਹੋਵੇ ਪੰਮੇ? ਮੇਰੇ ਹਿਸਾਬ ਨਾਲ ਤਾਂ ਤੜਕੇ ਨੂੰ 3 ਵਜੇ ਜਾ ਕੇ ਫਾਇਦਾ। 3 ਵਜੇ ਜਾ ਕੇ ਫਾਇਦਾ? ਜੱਗਾ ਤਾਂ ਰਾਤ ਗਿਆ, ਜੱਗਾ ਰਾਤ ਗਿਆ, ਮੈਂ ਸਵੇਰੇ 3 ਵਜੇ ਗਿਆ। ਬਸ ਸਮਝ ਲਾ ਵੀ ਤੂੰ 5 ਟਰਾਲੀਆਂ ਦਾ ਫਰਕ ਤਾ। ਮੈਂ 5 ਵਜੇ ਪੁੱਜਿਆ, ਉਹ ਰਾਤ 9 ਵਜੇ ਪੁੱਜ ਗਿਆ। ਸਾਰੀ ਰਾਤ ਨਾਲ ਨੀਂਦਾ ਰਿਹਾ ਯਾਰ। ਮੈਂ ਉਹਨੂੰ ਕਿਹਾ ਤਾ ਮੈਂ, ਤੂੰ ਹੁਣ ਤਾਂ ਜਾ ਨਾ, ਕੋਈ ਫਾਇਦਾ ਨਹੀਂ ਹੈਗਾ। ਮੈਂ 5 ਵਜੇ ਆ ਕੇ ਠਾਲਿਆ, ਵਜੇ ਕੇ ਉੱਠ, ਮੈਂ ਚਾਹ ਪੀ ਲਾ। ਕਹਿੰਦਾ ਮੈਂ ਨੀ ਚਾਹ ਪੀਣੀ, ਮੈਨੂੰ ਸੌਣ ਦੇ। ਕਹਿੰਦਾ ਇੰਨੇ ਤੂੰ ਲੈ, 5 ਵਜੇ ਵੀ ਮੈਂ ਸੌ ਜਾ, ਫਿਰ ਜੇ ਉੱਠੂਗਾ ਮੈਂ ਜਾ ਪੀ। ਸਾਰੀ ਰਾਤ 5 ਟਰਾਲੀਆਂ ਪਈਆਂ, ਨਹੀਂ ਤਾਂ ਉਹ ਨਾ ਤੜਕੇ ਨਹੀਂ ਜਾਂਦਾ, ਨਾ ਕੋਈ ਭੀੜ ਨਾ ਕੁਛ। ਉਧਰ ਹਸਵੀਰ ਕਹਿੰਦਾ ਮੈਂ ਗਿਆ ਤੜਕੇ ਨੂੰ, ਜਾਈ ਹਸਵੀਰ ਗਿਆ ਉਦਣ ਤੜਕੇ ਨੂੰ। ਮੈਨੂੰ ਕਹਿੰਦਾ ਹੁਣ ਚਲੇ ਜਾਣਾ, ਮੈਂ ਕੱਲ੍ਹ ਰਾਤ ਹਨੇਰੇ ਚ ਤੁਰਿਆ ਰਹਿੰਦਾ, ਹੁਣ ਜਾਣ ਲੱਗਾ ਤੇ ਤੂੰ ਵੀ ਹੁਣ ਤਾਂ ਕੋਈ ਪਤਾ ਨੀ, ਜਾਣ ਦਾ ਟਾਈਮ ਤੇਰੇ ਹੱਥ ਆ, ਆਉਣ ਦਾ ਤੇਰੇ ਹੱਥ ਕੋਈ ਨੀ ਹੈਗਾ। ਭੀੜ ਨਾਲ ਜਿਹੜੇ ਬੰਦਾ ਸਾਜ ਚਲੇ ਗਿਆ, ਨਹੀਂ ਭੀੜ ਨਾਲ ਸ਼ਾਮ ਨੂੰ ਮੁੜਿਆ ਹੁੰਦਾ, 9-10 ਵਜੇ ਸਹੀ ਬੰਦਾ ਘਰਾਂ ਆ ਜਾਂਦਾ, 11-12 ਵਜੇ ਤੱਕ ਆ ਜਾਂਦਾ। ਹੁਣ ਤਾਂ ਕਸ਼ਮੀਰੀ ਦੀ ਵੀ ਬੜੀ ਲੱਦੀ ਵੀ, ਲੱਦੀ ਵੀ ਹੁਣ ਉਹਨੇ ਵੀ ਕਹਿਣਾ ਆਹੋ ਸੌ ਗਈ ਆ 2 ਘੰਟੇ ਦੀ ਦਿੱਲੀ ਆ, ਦਿੱਲੀ ਦਾ ਸਾਥ ਕਾਹਦੇ ਨੀ ਹੈਗਾ ਯਾਰ। ਹਾਂ ਬਸ 2 ਘੰਟੇ ਪਹਿਲਾਂ ਵਿਹਲਾ ਹੋ ਜਾਣਾ, ਹੁਣ ਜੇ 12 ਵਜੇ ਆਏ 10 ਵਜੇ ਆ ਜਾਣਾ, 2 ਘੰਟੇ ਕੱਢ ਲਾ ਬਸ। ਜਿਹੜਾ ਖੜੇ ਆ ਕਿੰਨਾ ਕਰਾਸ਼ਾ ਅੱਜ ਪਤਾ, ਕਿੰਨਾ ਜਾਣ ਲੱਗ ਗਿਆ ਫਰਕ ਪਿਆ, ਸਪਲਾਈ ਕੱਢੀ ਤਾਂ ਹਫ਼ਤਾ ਹੋ ਚੱਲੇ ਆ, ਉਹੀ ਨੀ ਮੁੱਕਦੀ ਹੈਗੀ, ਉਹੀ ਆਈ ਜਾਂਦੀ ਦੇਖ ਲੈ। ਇਹਨੇ ਮੀਂਹ ਕਰਕੇ ਗੱਡੀ ਸੀ, ਹਾਂ ਮੀਂਹ ਕਰਕੇ ਗੱਡੀ ਸੀ, ਮੀਂਹ ਤੇ ਗੰਨਾ ਨੀ ਘੱਟ ਹੋਣਾ, ਪਰ ਗੰਨਾ ਰੁਕਿਆ ਨੀ, ਇੱਕ ਦਿਨ ਰੁਕਿਆ ਪਰ ਕੜਾਈ ਚੱਲੀ ਗਈ, ਕਾਲੇ ਨੇ ਵੀ ਉਦੀ, ਕੱਲ ਤਾਂ ਕਾਲਾ ਵੀ ਥੋੜਾ ਸੌਖੀ ਹੋ ਜਾਣਾ, ਕਾਲੇ ਨੇ ਪਰ ਕਾਲੇ ਦਿਨ ਪਹਿਲਾਂ ਲੱਗ ਜਾਣਾ, ਕਾਲੇ ਨੂੰ ਕੱਢੋ ਸਹੀ ਉੱਥੇ ਤਾਂ ਹੀ ਜਾਊਗਾ। ਉੱਤੀ ਦਾ ਖੜਾ ਰਸਤੇ ਨੂੰ ਤੰਗ ਜਿਹਾ ਰਸਤਾ, ਦਿਹਾੜੀ ਕੱਢਾਇਆ ਉਹਨੇ
ਹੁਣ ਲੱਦਣ ਵਾਲੇ ਵੀ ਉਹੀ ਹੋਣੇ, ਪੰਜ ਦੋ ਤਿੰਨ ਦੋ ਚਾਰ ਹੋਣੇ ਆ, ਪਤਾ ਨੀ ਉਹੀ ਹੈ ਚੱਲ ਹਮੇਸ਼ਾ ਨਹੀਂ ਹੈ, ਚਾਰ ਪੰਜ ਦਿਨ ਹੋ ਗਏ ਪੜ੍ਹਦੇ ਹੋ ਗਏ, ਤੁਹਾਨੂੰ ਮੈਂ ਦੱਸਦਾ ਕੱਲ ਵੀ ਸ਼ਾਇਦ ਸ਼ਾਮ ਨੂੰ ਜਾਵੇ ਉਹ ਵੀ ਨਹੀਂ ਪਤਾ, ਰਮੇਸ਼ ਦਾ ਬੰਦਾ ਤੇਜ਼ ਹੈ ਯਾਰ ਘੰਟੇ ਨੂੰ, ਸਿੱਧੇ ਨੂੰ ਕਿਆ ਕਰੂਗਾ ਓਏ, ਹੁਣ ਇੱਕ ਬੰਦਾ ਇੱਕ ਅੱਧੇ ਨੂੰ ਕਿਆ ਕਰੂੰਗਾ ਤੇਜ਼, ਜੇ ਤਾਂ ਸਾਰੇ ਇੱਕ ਜੇ ਹੋਣ ਬੰਦੇ ਫਿਰ ਗੱਲ ਬਣਦੀ ਗੰਨੇ ਦੀ, ਭੱਜਦਾ ਗੰਨਾ, ਹਾਂ ਸਾਰੇ ਇੱਕ ਜੇ ਬਣ ਗਿਆ ਹੁਣ ਇਹ, ਮੈਂ ਇਹ ਤੇਰੇ ਮੈਂ ਕਹਿੰਦਾ ਚਾਰ ਪੰਜ ਬੰਦੇ ਹੁੰਦੇ ਰਮੇਸ਼ ਨਹੀਂ, ਬਸ ਦਿਹਾੜੀ ਭੁਲਾਏ ਤਾਂ ਜਾਏ ਕਹਿੰਦਾ ਬੰਦੇ ਦਿਹਾੜੀ ਬੜੀ ਲਾਏ ਤੇ, ਮੈਂ ਕਹਿੰਦਾ ਘਟਦਾ ਵੀ ਨਹੀਂ ਹੈਗਾ ਮਾੜੇ ਗੰਨੇ ਨੂੰ, ਹੋਰ ਪਹਿਲਾਂ ਕਹਿੰਦਾ ਦਿਹਾੜੀ ਤਾਂ ਮਿਲੂਗੀ ਘੱਟੋ ਘੱਟ ਜਿੰਨਾ ਘੱਟ ਹੋਇਆ ਉਨਾ ਸਹੀ, ਹੋਰ ਨਾਲੇ ਦਲਵੀਰ ਜੀ ਨਹੀਂ ਹੋ ਗਈ ਪਾਰਟੀ ਅੱਜ, ਹੈਂ ਦਲਵੀਰ ਜੀ ਨਹੀਂ ਹੋ ਗਈ ਪਾਰਟੀ, ਕਾਹਦੀ ਦੱਸੋ ਕਿਆ ਹੋਈ ਆ, ਦੱਸ ਦੇ ਤੂੰ ਸੱਚ, ਹੁਣ ਇਹ ਲੈ ਸਕੂਟਰੀ ਅੱਜ ਕਿਹੜੀ ਹਮਟੇ ਵਾਲਿਆਂ ਦੀ, ਐਕਟਿਵਾ ਕਿਹੜੀ, ਐਕਟਿਵਾ ਹਾਂ, ਤੇਰੀ ਫਿਰ ਤਾਂ ਲੱਖ ਰੁਪਏ ਉੱਥੇ ਲਾਏ ਲਾਏ, ਲੱਗ ਗਿਆ ਜੀ ਲੱਗ ਗਿਆ, ਗਏ ਤਾਂ ਦੇਸੀ ਦੂਜੇ ਦੇਖਣ ਲੈ ਲਓ, ਗਏ ਤਾਂ ਬੈਂਟਰੀ ਲੈ ਲਦੇ ਮੈਨੂੰ ਕਹਿੰਦਾ ਚਾਚੇ ਹਾਂ ਕਿਹੜੀ ਲਾਮਾ ਮਾ ਤੂੰ ਚੱਜ ਦੀ ਲੈ ਲਈ, ਇੱਥੇ ਕਹਿੰਦਾ ਟਾਵਰ ਵਾਲੀ ਲੈ ਲਈ, ਇਹ ਵੀ ਮਰਜ਼ੀ ਲਿਆ ਟਾਵਰ ਵਾਲੀ ਲੈ ਲਈ, ਮੈਂ ਕਿਹਾ ਬਈ ਟਾਵਰ ਵਾਲੀ ਦਿਖਾ ਦੇ ਯਾਰ, ਹੋਰ ਚ ਕੋਈ ਨੁਕਸ ਨਹੀਂ ਇਲੈਕਟ੍ਰੋਨਿਕ, ਬੈਟਰੀਆਂ ਬੈਟਰੀਆਂ ਨੂੰ ਤਕਲੀਫ ਹੁੰਦੀ ਇਕੱਠੀ, ਉਹ ਦੋ ਸਾਲ ਵੀ ਨਹੀਂ ਕੱਢਦੀਆਂ, ਉਹੀ ਪੰਗਾ ਹੈ, ਮੈਂ ਸਾਰੀ 2500 ਦੀ ਵੇਚੀ ਕੁਆੜ ਦੇ ਭਾ, ਫੇਰ ਪੰਜ ਛੇ ਸਾਲ ਚਲਾਈ ਆ, ਦੋ ਵਾਰੀ ਬੈਟਰੀਆਂ ਪਾ ਸਾਲ ਕੇ ਕੱਢਦੀ ਹੈ ਨਾ ਬੈਟਰੀ ਤਾਂ ਮੋਟਰਸਾਈਕਲ ਦਾ ਜੇ ਉਹ ਵੀ ਬਚਾਉਣਾ ਜਿਹੜਾ ਹੁਣ 50,000 ਰੁਪਏ ਲਾਉਣਾ ਉਹ ਵੀ ਤਾਂ ਦੇਖਣਾ, ਉਹਦੀ ਰੇਸ਼ੋ ਵੀ ਦੇਖ ਕਿਸੇ ਪਾਸੇ ਉਹ ਵੀ ਪੈਣਾ, ਇੱਕ ਸੂਰਜ ਵਾਲਾ ਟੈਪੂ ਦੇਖਿਆ ਮੈਂ, ਸੂਰਜ ਵਾਲਾ ਉੱਪਰ ਪਲੇਟ ਲੱਗੀ ਵੀ ਜਿਹੜੇ ਯਾਰ ਬਿਜਲੀ ਲਾਇਆ ਘਰਾਂ ਇੱਕ ਸੂਰਜ ਦੇ ਬਿਨਾਂ ਹੁੰਦੇ ਨੀ, ਜਾਂ ਮੂਹਰੇ ਉਹ ਆਪਣੀ ਬਦਲ ਬਾਈ ਆ ਚਾਰਜ ਹੁੰਦੇ ਹੋ, ਜਦੋਂ ਧੁੰਦ ਦੀ ਜਿਕਣਾ ਕਾਕਾ ਸੂਰਜ ਨੂੰ ਦੱਸਦਾ ਘਟ ਜਾਂਦੀ ਆ ਕਪੈਸਿਟੀ, ਘਟ ਜਾਂਦੀ ਆ, ਚਲੋ ਬਾਈ ਤੁਹਾਨੂੰ ਕਮੈਂਟ ਦੇ ਦੇ ਦਾਦ ਘਟਦੇ ਬਲਦਾ ਇਹਦਾ, ਕਮੈਂਟ ਦਾ ਕਰ ਮੈਂ ਪਤਾ ਕਰਿਆ ਲੋਕ ਦੱਸੂਗੇ ਬਾਈ ਵੀ ਚਾਰਜ ਲੱਗਿਆ, ਉਹ ਮੁੰਡੇ ਨੇ ਬਾਈ ਮੁੰਡੇ ਨੇ ਲਵਾਇਆ ਵਾ ਮੈਨੂੰ ਆਪੇ ਦੱਸ, ਮੈਂ ਵੀ ਇਹੀ ਕਹਿੰਦਾ ਉਹਨੂੰ, ਮੈਂ ਫਿਰ ਠੰਡ ਠੰਡ ਫਿਰ ਕਹਿੰਦਾ ਕਰਦਾ ਚਾਰਜ, ਕਹਿੰਦਾ ਪਰ ਘਟ ਜਾਂਦਾ ਅੱਧਾ ਰਹਿ ਜਾਂਦਾ, ਉਹੀ ਆ 5 10 ਘਟਦਾ 5 ਰਹਿ ਜਾਂਦਾ, ਹਾਂ 5 ਰਹਿ ਜਾਂਦਾ ਪਰ ਘਟ ਜਾਂਦਾ, ਬਸ ਇਹ ਬਾਈ ਚੀਜ਼ ਬਾਰੇ ਸਾਨੂੰ ਨੌਲੇਜ ਨਹੀਂ, ਨੌਲੇਜ ਨਹੀਂ ਲੱਗੀ ਵੀ ਹੁੰਦੀ ਫਿਰ ਤੁਹਾਨੂੰ ਦੱਸ ਦਿੰਦੇ, ਫਿਰ ਦੱਸ ਪੰਜ ਘੰਟੇ ਦਾ ਦੂਆ ਕੱਢਦਾ ਜਿਹੜਾ 300 ਦਾ ਉਹ ਤਾਂ ਆਉਂਦਾ ਨੀ ਹੈਗਾ, ਚਾਰ ਦਿਨ ਹੋ ਗਏ ਮੈਨੂੰ ਕਹਿੰਦੇ ਨੂੰ, ਮੇਰੀ ਆਸ ਮੇਰੇ ਬੈਠੇ ਸੀ ਪੁੱਛ ਰਹੀ, ਮੈਂ ਗਿਆ ਕਦਰ ਮਿਲ ਸੋਰੀ ਮਿਲ ਗਏ ਤਾਂ ਰੋਪੜ, ਕੱਲ ਵੀ ਮਿਲ ਤਾਂ ਅੱਜ ਵੀ ਮਿਲ ਆ, ਕੱਲੂ ਵੀ ਆ, ਦੋ ਤਿੰਨ ਦਿਨ ਉੱਥੇ ਲੱਗ ਗਿਆ ਹਸਪਤਾਲ ਦੇ ਯਾਰ, ਮੇਰੇ ਬੈਠੇ ਬਾਈ ਉਹ ਬਾਈ ਕਹਾਂ ਨੂੰ ਰੇੜੀ ਤੇ ਕਰਾਈ ਪਾਉਣ, ਆ ਰੇੜੀ ਤੇ ਵਧੀਆ ਆ ਯਾਰ, ਰੋਜੇ ਦੁਰੇ ਰਹਿ ਤੇ ਉਹ ਵਧੀਆ ਹੈ, ਖਿਆਲ ਖਿਆਲ ਰੇੜੀ ਨਾਲ ਗੱਲ ਚੰਗਾ ਹੈ, ਆ ਦਿੱਲੀ ਦੱਸ ਤੇਰੇ ਪੀਣਾ ਦੇਣਾ, ਜੇ ਹੁਣ ਬਾਤੇ ਰੇੜੀ ਦੇ ਕੇ ਉਹ ਪਰਾਂ ਨੇ ਪੀਣਾ ਹੀ ਨਹੀਂ ਤਾਂ ਫਰਕ ਹੈ, ਟ੍ਰੈਕਟਰ ਨਾ ਮੇਰੀ ਕਹਿਣਾ ਫਰਕ ਦੇਖ ਲਈ ਤੂੰ, ਇਹ ਦਿੱਲੀ ਕਰਾਂ ਦਾ ਰੇੜੀਆਂ ਦਾ ਬਦੱਲੀ ਦਾ ਬੈਠ ਲਿਆ ਤੋਰੇ ਬੈਲੀ ਦਿੱਲੀ ਸਾਲਵਾ ਮੁਕੜਾ ਦਾ ਸਾਲਵਾ ਮੁਕੜਾ ਦਾ ਰੇੜੀਆਂ ਨਾਲ ਕਰਾਂ ਦਾ ਟ੍ਰੈਕਟਰ ਦੀਆਂ ਨੋਟਾ, ਉਹ ਗਾਂ ਨੂੰ ਬੜਾ ਕਰਾਵਾਂਗੇ ਯਾਰ, ਹੋਰ ਦੱਸ ਕੁਛ ਬਾਈ, ਠੀਕ ਹੈ ਦਿੱਲੀ ਉਹਨੇ ਕਿਹੜਾ ਲੱਗ ਜਾਣਾ ਇਹਦਾ, ਦਿੱਲੀ ਇਹ ਦਿੱਲੀ ਦੇ ਪਤਾ ਕਹਿੰਦਾ ਕਿ ਮੇਰੇ ਸਾਥ ਬਣੇ ਨਹੀਂ, ਦਿੱਲੀ ਗਏ ਯਾਰ ਮੈਂ ਸਾਥ ਹੈਗਾ ਤਾਂ ਹੈਗਾ ਮੇਰੀ ਗੱਲ ਸੁਣ, ਫੜ ਜਾ ਸਾਥ ਨੂੰ ਕਿਆ ਕਰੂੰਗਾ ਦਿੱਲੀ ਨੂੰ, ਉਦਾਂ ਦਿੱਲੀ ਨੇ ਬੜੀ ਪਰਚੀ ਕਢਾਈ ਮੈਂ ਬੜੀ ਪਰਚੀ ਕਢਾਈ, ਮੈਨੂੰ ਉਰੀ ਛੱਡ ਗਿਆ ਪੁੱਛ ਲਾ ਉਦਣ, ਤੂੰ ਕਹਿੰਦਾ ਤੇਰੇ ਗੈਲ ਜਾਊਂਗਾ,
ਇੱਕ ਦਿਨ ਖੜਿਆ ਨੀ ਤੂੰ ਮੇਰੇ ਅੱਜ ਲੱਦੀ ਅੱਜ ਲੱਦੋ ਕੀ ਪੈਣਾ ਮੇਰੇ ਦੂਏ ਦਿਨ ਲੱਦੀ ਸੀ ਉਹਨਾਂ ਨੇ ਕਹਿੰਦਾ ਆਪਾਂ ਪਰਸੋਂ ਨੂੰ ਚੱਲਾਂਗੇ ਜਾਂ ਪਤਾ ਲੱਗੇ ਮੇਰੇ ਚਟਾਲੀਆਂ ਘਾਟਾ ਲੱਦੀ ਦੇ ਜਦੇ ਭੱਜ ਗਿਆ ਦੋ ਮਿੰਟ ਚ ਕਰ ਦੇ ਉੱਪਰ ਨੂੰ ਜਾਣ ਲਵੇ ਹੁਣ ਰੋਟੀ ਖਾ ਕੇ ਪਾਲਾ ਲੱਗਦਾ ਇੱਕ ਵਾਰੀ ਪਾਣੀ ਪੂਣੀ ਪੀ ਹੋ ਜਾਂਦਾ ਫਿਰ ਠੰਡ ਜੀ ਆਉਂਦੀ ਹੈ ਧੁਰਸੜੀਆਂ ਜੀਆਂ ਪਾਲਾ ਲੱਗਣ ਹਵਾ ਠੰਡੀ ਜਾਂਦੀ ਹੈ ਹਵਾ ਠੰਡੀ ਜਾਂਦੀ ਕਹਿੰਦਾ ਠੰਡਾ ਗੈਲਰੀ ਮੈਂ ਬਹੁਤ ਵੱਜ ਪੰਨ ਵੀ ਉੱਥੇ ਵੱਜਦੀ ਸਾਹਮਣੇ ਉੱਥੇ ਹਵਾ ਬਹੁਤ ਵੱਧਦੀ ਹੈ ਉੱਥੇ ਤਾਂ ਅੱਜ ਮੈਂ ਅੱਜ ਤਵੇਰੇ ਇੱਥੇ ਬੈਠ ਨਹੀਂ ਹੋਇਆ ਗੱਗੇ ਨੂੰ ਪੁੱਛਿਆ ਇੱਥੇ ਇੱਥੇ ਧੁੱਪ ਤੀ ਨਾਲੇ ਉਹ ਮੋਟਰ ਦੀ ਓਟ ਚ ਗਏ ਹੈ ਇੰਨੀ ਹਵਾ ਧੁੱਪ ਵੀ ਤੇ ਇੰਨੀ ਠੰਡੀ ਹਵਾ ਚੱਲਦੀ ਸੀ ਧੁੱਪ ਮਾਂ ਵੀ ਠੰਡ ਲੱਗਦੀ ਧੁਰ ਤੁੜਿਆ ਹੁਣ ਧੁੱਪ ਤਾਂ ਜ਼ਿਆਦਾ ਨਹੀਂ ਸੀ ਜਿਹੜੀ ਤਾਂ ਹਵਾ ਚੱਲਦੀ ਸੀ ਧੁੱਪ ਬਹੁਤ ਠੰਡੀ ਹਵਾ ਚੱਲਦੀ ਸੀ ਕੱਲ ਮੁੰਡਾ ਤਾਂ ਕੋਰਾ ਗਿਰੂਗਾ ਯਾਰ ਉਹਨੇ ਕੋਰਾ ਨਹੀਂ ਗਿਰਦਾ ਕੂਰਾ ਨੀ ਗਿਰਨਾ ਮੀਂਹ ਪਿਆ ਪਿਆ ਕੂਰਾ ਗਿਰਦਾ ਹੁੰਦਾ ਸੁੱਕੇ ਵਜੇ ਮੀਂਹ ਨਾ ਪਵੇ ਸੁੱਕਾ ਹੀ ਆ ਹੁਣ ਕੱਲ ਨੀ ਗਿਰੂ ਤਾਂ ਪਰਸੋਂ ਨੂੰ ਗਿਰ ਜਾਣਾ ਕੋਰੇ ਦੀ ਤਿਆਰੀ ਹੈ ਗਿਰੂਗਾ ਕੋਰੇ ਦਾ ਮੈਨੂੰ ਪਤਾ ਨਹੀਂ ਅੱਗ ਵਜੋਂ ਗਿਰ ਜਾਣਾ ਜਿਹੜੇ ਹਿਸਾਬ ਦਾ ਹਵਾ ਚੱਲਦੀ ਹੈ ਕੋਰੇ ਦੀ ਨਿਸ਼ਾਨੀ ਹੈ ਗਿਰਨਾ ਕੋਰਾ ਪੱਛੋਂ ਚੱਲਦੀ ਸੀ ਅੱਜ ਪੱਛੋਂ ਤਾਂ ਚੱਲੀ ਆ ਪੂਰੀ ਖੜਕ ਕੇ ਉਹ ਸਵੇਰ ਨੂੰ ਕੋਰਾ ਗਿਰਿਆ ਲਾਇਆ ਧੁੱਪਾਂ ਚ ਜਾਂ ਆਏ ਫਿਰ ਧੋਟੜੀਆਂ ਲੱਗੀਆਂ ਹੁਣ ਫਿਰ ਗਏ ਓਟ ਜੀ ਨੂੰ ਉਹ ਪਾਰਾ ਚ ਗਏ ਮਿੰਜਾ ਮੋਟਰ ਕੇ ਨੀ ਜਾ ਕੇ ਮਿਲਿਆ ਵੀਰ ਮੈਨੂੰ ਪਿੰਡ ਦੇ ਬਾਹਰ ਨਿਕਲਣ ਲੱਗੇ ਅੱਛਾ ਰੋਟੀ ਖਾਏ ਖਾਲੀ ਹੋ ਗਿਆ ਜੱਗਾ ਗਿਆ ਰਾਤ 8 ਵਜੇ ਲਿਖਿਆ ਮੈਨੂੰ ਮਿਲਿਆ ਉੱਥੇ ਹੁਣ ਨਹੀਂ ਆਇਆ ਖਾਲੀ ਹੋ ਕੇ ਆ ਬੁੱਢੇਪੁਰ ਵਾਲੇ ਠੇਕੇ ਕੋਲ ਜਾਂਦਾ ਤਾ ਫਿਰ 2 ਘੰਟੇ ਮਿਲ ਵੀ ਖੜ ਲਿਆ ਕਹਿੰਦਾ ਮੰਮਾ ਕਹਿੰਦਾ ਅੱਜ 3 ਘੰਟੇ ਖੜੇ ਆ ਦੋ ਤਿੰਨ ਮਸ਼ੀਨ ਲੱਗੀ ਆ ਮੁੰਡਾ ਕੱਲ ਦੱਸਦਾ ਕਹਿੰਦਾ ਬਾਈ ਕਹਿੰਦਾ 15-20 ਦਿਨ ਹੋ ਗਏ ਕਹਿੰਦਾ ਉਹਨੇ ਆਪਣੇ ਹਿਸਾਬ ਨਾਲ ਚਾਲ ਚੱਲਣੀ ਮਿਲ ਦੀ ਅੱਗੇ ਤਾਂ ਕਹਿੰਦਾ ਅਸੀਂ ਕਰਦੇ ਤੇ ਮਸ਼ੀਨ ਸੈੱਟ ਕਰਦੇ ਤੇ ਕਹਿੰਦਾ ਹੁਣ ਉਹ ਆਪੇ ਜਿੰਨਾ ਮਾਲ ਦੀ ਲੋੜ ਉਹਨਾਂ ਉਹਨੇ ਖਿੱਚੀ ਜਾਣਾ ਘਟਾ ਦੇਣਾ ਖਿੱਚੀ ਜਾਣਾ ਘਟਾ ਦੇਣਾ
ਆਟੋ ਲਾਤਾ ਕਹਿੰਦਾ ਉਹ ਆਪੇ ਕਈ ਵਾਰ ਦੇਖੀ ਪੰਮੇ ਬਾਈ ਕਈ ਵਾਰ ਸ਼ਾਮ ਨੂੰ ਦੇਖੀ ਤੇ ਖੜ ਕੇ ਬਰੇਲੇ ਬਣ ਜਾਂਦੀ ਆ ਚੈਨ ਇੰਨੀ ਸਪੀਡ ਨਾਲ ਕਰਨਾ ਖਿੱਚਦੀ ਆ ਨਾ ਬਹੁਤ ਸਪੀਡ ਨਾਲ ਕਰਨਾ ਖਿੱਚਦੀ ਕਹਿੰਦਾ ਹੁਣ ਉਹ ਚੈਨ ਖਾਲੀ ਕਰ ਲਈ ਬਿਲਕੁਲ ਖਾਲੀ ਕਰਕੇ ਫੇਰ ਮੈਂ ਲਖੜਾਇਆ ਬਸ ਫਿਰ ਚੜਾ ਕੇ ਫਿਰ 2 ਘੰਟੇ ਬਾਅਦ ਚਲਾਤਾ ਬਹੁਤ ਸਪੀਡ ਨਾਲ ਉਹਦਾ ਚੱਕਰ ਨਹੀਂ ਜਿਹੜਾ 5-6 ਘੰਟੇ ਖੜਾ ਰਹਿੰਦਾ ਉਹ ਚੁੱਕਦਾ ਫਿਰ ਕਈ ਵਾਰ ਤਾਂ ਬਹੁਤ ਛੇਤੀ ਟਰਾਲੀ ਅੱਧੀ ਖਾਲੀ ਹੋਈ ਹੁੰਦੀ ਆ ਸਟੇਟਸ ਪਾਇਆ ਹੋਣਾ ਉੱਥੇ ਖੜ ਗਿਆ ਉਹ ਪੰਜਾਬ ਮੁੜ ਕੇ 11 ਵਜੇ ਚੱਲੇ ਆ 11 ਵਜੇ ਖਾਲੀ ਹੋਇਆ ਫਿਰ ਟਰਾਲੀਆਂ ਚੌੜੀਆਂ ਬਹੁਤ ਲੱਗਦੇ ਆ ਬਹੁਤ ਚੌੜੀਆਂ ਟਰਾਲੀਆਂ ਲੱਗਦੇ ਉੱਥੇ ਉੱਧਰ ਮੈਂ ਕਹਿੰਦਾ ਕਿਤੇ ਹੋਣੀ ਵੀ ਨੀ 14 ਫੁੱਟ ਬੜੀ ਉਹਨਾਂ ਕੋਲ ਤਾਂ 18-20 ਆ ਜ਼ਮੀਨਾਂ ਵੀ ਖੁੱਲੀਆਂ ਬਾਈ ਨਫਗਵਾੜੇ ਕਹਿੰਦਾ ਜ਼ਮੀਨਾਂ ਖੁੱਲੀਆਂ ਕੋਈ ਨੀ ਕਹਿੰਦਾ ਬਾਈ ਜ਼ਮੀਨਾਂ ਉਨੀ ਆ ਠੇਕੇ ਪਰ ਕਹਿੰਦਾ ਮੁੰਡੇ ਬਹੁਤ ਬਾਹਰ ਚਲ ਗਏ ਠੇਕਿਆਂ ਪਰ ਵਾਹੀਆਂ ਹੋਈਆਂ ਕਹਿੰਦਾ ਅਸੀਂ ਕਿਹਾ ਤਾਂ ਬਾਈ ਵੀ ਸਾਡੇ ਤਾਂ 9-10 ਕਿੱਲੇ ਹੱਦ ਹੈ ਪਿੰਡ ਚ ਤਕੜੇ ਜਿਹਦੇ ਕੋਲ ਜ਼ਿਆਦਾ ਜ਼ਿਆਦਾ 9-10 ਕਿੱਲੇ 15 ਤੱਕ ਹੱਦ ਹੈ ਕਹਿੰਦਾ ਜ਼ਮੀਨਾਂ ਸਾਡੇ ਵੀ ਕਹਿੰਦਾ 5-7 ਕਿੱਲੇ ਹੀ ਆ ਠੇਕਿਆਂ ਪਰ ਆ ਕਹਿੰਦਾ ਠੇਕਿਆਂ ਪਰ ਜਿਹੜਾ ਬਾਹਰ ਚਲ ਗਿਆ ਕਿ ਲੱਗਿਆ ਖੇਤੀ ਕਾਦਾ ਵਧਾ ਲੈਂਦਾ ਆਪਣਾ ਉਹਦੀ ਕੋਰ ਵੀ ਚੱਕਰ ਆ ਉਹਨਾਂ ਦੀ ਦਵਾਈ ਇੱਕ ਹੋਰ ਵੀ ਚੱਕਰ ਉਹਦੇ ਕੜੇ ਬੂਟੇ ਲਾਉਣੇ ਆਪਣੇ ਵਾਂਗੂ ਅੱਜ ਵੀ ਹੈਗੇ ਦੇ ਬੂਟੇ ਪੱਟੇ ਉੱਥੇ ਪਪੂਲਰ ਬਾਈ ਸਾਨੂੰ ਅਸੀਂ ਗਏ ਫਗਵਾੜੇ 5-4 ਜਗ੍ਹਾ ਸਾਨੂੰ ਮਿਲਿਆ ਕਿਤੇ ਪਪੂਲ ਹੋਰ ਕਿਤੇ ਨੀ ਬੂਟਾ ਨਵੇਂ ਲੱਗੇ ਪਏ ਐਤਕੀ ਤੇ ਮਹਾਂ ਕਿਤੇ ਵੀਡੀਓ ਤਾਂ ਹੀ ਦੇਖਦੇ ਬਾਈ ਲਾਇਆ ਹੋਇਆ ਕੀਲਾ ਕੀਲਾ ਹੀ ਤਾਂ 2-3 ਜਗ੍ਹਾ ਸਾਡੇ ਕਿ ਬੂਟਾ ਨੀ ਹੁੰਦਾ ਕਹਿੰਦਾ ਅਸੀਂ ਵੀ ਲਾਉਣੇ ਆ ਮੈਂ ਤੂੰ ਇੱਕ ਕੰਮ ਕਰ ਕਹਿੰਦਾ ਕੀਲਾ ਕੇ ਲਾਉਣਾ ਮੈਂ 10 ਲੈਣਾ ਲੱਗਣੀ ਆ ਕਹਿੰਦਾ ਹਾਂ ਕਹਿੰਦਾ ਹੁਣ ਇਹ ਵੀ ਪਤਾ ਵੀ ਚੱਲੂਗੇ ਕਿ ਨਹੀਂ ਚੱਲੂਗੇ ਮੈਂ 7-8 ਤਰ੍ਹਾਂ ਦੀਆਂ ਵਰਾਇਟੀਆਂ ਹਰੇਕ ਵਰਾਇਟੀ ਦੀ ਕੀ ਲੈਣ ਲੱਗਦਾ ਹਾਂ ਜਿਹੜੀ ਲੈਣ ਚੱਲ ਗਈ ਆਪਣੀ ਅੱਗੇ ਨੂੰ ਉਹੀ ਵਰਾਇਟੀ ਲਾ ਲਈ ਕਰਿਓ ਮੈਂ ਕਿਹਾ ਬਸ ਪਤਾ ਲੱਗ ਜਾ ਠੀਕ ਹੈ ਉਹਨਾਂ ਨੇ ਵਿੱਚ ਭੁੱਲ ਜਿਵੇਂ ਕਿਹੜੀ ਆ ਕਿਹੜੀ ਨਹੀਂ ਜ਼ਿੰਮੇਵਾਰੀ ਆ ਸਾਰੀਆਂ ਲੈਣਾ ਇੱਕ ਇੱਕ ਵਰਾਇਟੀ ਲਾ ਲਾ ਹੋਰ ਦੱਸ 8-9-10-11-12 ਜਿੰਨੇ ਤੱਕ ਹੈਗੀਆਂ ਜੀ 48 ਧੂੜੀ ਉਦੇ ਸਭ ਲਾ ਲਾ ਸਾਡੇ ਪਰੀਰੇ ਬੀਜ ਕੇ ਭੁੱਲ ਜਾਂਦੇ ਵੀ ਕਿਹੜੀ ਦੀ ਬੀਜ ਦਾ ਇਹ 2-3 ਮਹੀਨੇ ਦੀ ਗੱਲ ਹੁੰਦੀ ਆ ਬਾਈ ਬੂਟਾ ਚੱਲੂਗਾ ਆਪਣੇ ਨਾਲ ਦੀ ਜਿਵੇਂ ਅੱਗੇ ਲਾਏ ਤੇ ਸਾਡੇ ਚੱਲੇ ਨਹੀਂ ਹੈਗੇ
ਜਿੱਥੇ ਧਰਤੀ ਆ ਬਾਈ ਜਿਆਦਾ ਹੋਇਆ ਨਾ ਉੱਥੇ ਨੀ ਹੋਣਾ ਇਹ ਉਧਰ ਨੂੰ ਹੁੰਦਾ ਨੀ ਬੂਟਾ ਮੈਂ ਕਹਿੰਦਾ ਯਾਰ ਡਾਕਰ ਹੀ ਆ ਅੱਗ ਪਰੇ ਮਾਰ ਜਾ ਫੂਕ ਜਿਹਾ ਡੱਕਾ ਰੱਖਣਾ ਅੱਗ ਨੀ ਬਾਲੀ ਬਹੁਤ ਔਖੀ ਅੱਗ ਬਾਲੀ ਆ ਜੀ ਉਪਰੇ ਗੱਲ ਆ ਕਹਿੰਦਾ ਠੰਡ ਲੱਗਦੀ ਆ